ਇਹਦਾ ਮੈਂ ਤਾਂ ਬਦਲਦੀ ਰਹਿਣਾ ਕੋੜੇ ਕੜੇ। ਅੱਛਾ ਆਜ ਉਤਰਿਆ ਹੋ ਫਿਰ ਯਾਰ ਆਪਣ ਫੜ ਮੇਰੀ ਲਿਆਓ ਜੀ ਲਿਆਓ ਲਿਆਓ। ਉਹਦੇ ਮੈਨੂੰ ਆਥਣੇ ਜੇ ਕਹਿੰਦਾ ਕਹਿੰਦਾ ਮੈਂ ਤਾਂ ਆਖੇ ਮਾੜੀ ਜੀ ਆਖੇ ਪਿੰਡ ਚ ਗੇੜੀ ਲਾ ਕੇ ਆਉਣਾ। ਅੱਛਾ ਪੈਣੇ ਘੋੜੀ ਤਾਂ ਇਹਨੂੰ ਭਜਾ ਕੇ ਲੈ ਗਈ। ਮੈਂ ਮਰ ਜਾ ਹੋਰ ਲੈ ਫਰ ਮਰਦਾ टट्टियां पिछे पैर पाउंदे फिरदे हो की फायदा है? फायदा क्या मेरे बराबरी किवें कर ली मेरी? मैं मर जा तू तो भाई कत्त लैनी आ मैनू तो नहीं कत्तना आउंदा है। बे बुटिया बाबूआ बे तेरा फुफड़ नहीं देखा किते आउंदा? फुफड़ ने आउणा थी अज्ज। ले होर तेरी बुआ नु लैण वास्ते आणा तेरे फुफड़ ने अज्ज। बे होर दो तीन दिन हो गए मैनू आई नु भाई मैं भी जावां आपदे जवाका चल्या च हुण। मैं नहीं देखा मैं तां खेतों आयांगा। बे बुटिया बे मैनू पता है भी तेरा फुफड़ अज पक्का आऊगा आ न्याणे छोटे कित्थे सारदे आ मेरे बिना। बूटे ओए होर आ बूटे। हां हां बाबू किधरों आया? खेतों। ओ तेरा फुफड़ नहीं देखया बंत आंदा इधर? ले पहला बेबे दे बुआ पुछड़ ने मैं मुंह नहीं देखया। बे भाई पहला मैं इनू पुछ के हटी आ सारे इहदा दिमाग चट्टी जांदे ने के पुछी जांदे ने आया कि नहीं आया। जे मैनू पक्का पता लग जा अज आउणा बंत ने के ना फिर मैं पिंड जाके घर दी दी फड़ लियावां। माड़े बंद ਸੱਥ ਚ ਜਾਣਾ ਤਾਂ ਖੇਡਣ ਚੰਗਾ ਜਾਇਆ ਚੰਗਾ। ਹਾਂ ਜੇ ਜੇ ਬੰਤ ਆ ਗਿਆ ਮੈਨੂੰ ਇਹਨੂੰ ਪੈ ਭੇਜ ਦੇ ਬੂਟੇ ਨੂੰ ਸੱਦ ਲਿਓ ਮੈਨੂੰ। ਕੋਈ ਨਹੀਂ ਮੈਂ ਸਨੇਹਾ ਲਾ ਦੂੰਗੀ ਕਰਾ ਲਾਂਗੇ ਤੈਨੂੰ ਘਰੇ ਆਜੀ ਤੂੰ। ਚੰਗਾ ਪੱਲੇ ਪੱਲੇ ਆ ਗਿਆ ਬੰਤ ਸਿਓ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਗਏ ਜੀ। ਹੈ ਆਉਣਾ ਹੀ ਹੋਇਆ ਆਉਣਾ ਨਹੀਂ ਸੀ। ਆਓ ਜੀ ਆਇਆਂ ਨੂੰ ਜੀ ਆਇਆਂ ਨੂੰ ਚਲੋ ਚਲੋ ਚਲੋ। है भाभी मेरा तो बाला ही जी करता भी मैं रोज ही पेक्या गेड़ा मार जा करा पर करा की कम धंधे ही नहीं मुकते सारी दिहाड़ी। ले बीबी नांडे तेन पता ही है कि मज छप्पड़ चो नहीं निकलती तीवी पेक्या चो नहीं निकलती जी करता भला जानू। सही कहा सियाने ने पर गल तो जमा सच्ची है। नाल पेके तो मावा नाल हुंदे ने जे भरजाइयां मावा वर्गियां मिल जाण फिर माँ प्यो दी याद नहीं आउंदी। मैं तो जमा ही नहीं याद आउंदी तेरे हुंदे भाभी। बस पुत लैके जा घोड़ी फड़ के। ला घोड़ी लिया फड़ के इधर बन के। चलो जी इथे बन दो माड़ा जा। पता गल की मैं डरदा घोड़िया तो इथे बन दो। आ जा लै बीबी रण दे ਉਹ ਆ ਗਏ ਬੰਤ ਸਿਉਂ ਤਾਂ। ਮੈਨੂੰ ਤਾਂ ਪਤਾ ਸੀ ਭਾਬੀ ਵੀ ਅੱਜ ਪੱਕਾ ਆਊਗਾ। ਉਹ ਜਵਾਕ ਕੁਰਸੀ ਕਰਸੀ ਲੈ ਕੇ ਆਓ ਭਾਈ ਤੁਹਾਡਾ ਫੁੱਫੜ ਆਇਆ ਕੋਟਲੀ ਵਾਲਾ ਬੰਤ। ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਭਾਈ। ਬੇ ਬੂਟਿਆ ਹਾਂ ਬੂਏ ਬੇ ਕੁਰਸੀ ਲੈ ਕੇ ਆ ਤੇਰੇ ਫੁੱਫੜ ਵਾਸਤੇ ਲਿਆਇਆ। ਲਿਆ ਓਏ ਦਮ ਦੇਣੇ ਲੈ ਕੇ ਆ। ਸਤਿ ਸ੍ਰੀ ਅਕਾਲ ਫੁੱਫੜ ਜੀ। ਸਤਿ ਸ੍ਰੀ ਅਕਾਲ ਜਵਾਨਾ ਠੀਕ ਹੈ? ਹਾਂਜੀ ਬੈਠੋ ਜੀ ਬੈਠੋ। ਆ ਜਾ ਭਾਈ ਇੱਥੇ ਹੀ ਬਹਿ ਜਾ ਤੂੰ ਵੀ ਮੇਰੇ ਕੋਲੇ। ਸਿੱਬੋ ਪਾਣੀ ਲੈ ਕੇ ਆ ਤੂੰ। ਲੈਉਣੀਆਂ ਹੋਰ ਜਵਾਕ ਕੀ ਕਰਦੇ ਸੀ? ਜਵਾਕਾਂ ਲਈ ਕਰਨਾ ਇੱਕ ਤਾਂ ਢਾਬ ਚ ਨਹਾਉਣ ਮੜਿਆ ਪਿਆ ਤੀ ਡੰਗਰਾਂ ਨਾਲ। ਅੱਛਾ ਹੋਰ ਇੱਕ ਨੂੰ ਮੰਦਰ ਬੰਦ ਕਰਕੇ ਆਇਆ ਕੁੱਟ ਕੇ। ਬੇ ਰੋਂਦੇ ਤਾਂ ਨਹੀਂ ਸੀਗੇ ਜਦ ਤੂੰ ਆਇਆ ਸੀ? ਉਹ ਰੋਂਦੇ ਨੇ ਰੋਈ ਜਾਣ ਫਿਰ ਮੈਂ ਤਾਂ ਆ ਗਿਆ। ਚੱਲ ਮਗਰ ਲੱਗਦੇ ਹੁਣੇ ਹੋਰ ਨਿਆਣੇ ਆ ਬਾਈ ਤੈਨੂੰ ਪਤਾ ਹੀ ਹੈ। ਬਾਈ ਲੈ ਪਾਣੀ ਪੀ ਲੈ। ਦੁੱਧ ਚ ਪੱਤੀ ਪਾ ਲਈ ਏਦੂ ਬਾਅਦ ਕੋਈ ਨਾ ਹਾਂ ਖੋਏ ਵਾਲੀਆਂ ਪਿੰਨੀਆਂ ਲਿਆਦੀ ਨਾਲੇ। ਨਾ ਕੋਈ ਨਾ ਲੈ ਆਉਂ ਜਾਂ ਚਾਹ ਬਣਾ ਲਾ। ਬਣਾਉਣੀਆਂ ਉਹ ਹਟ ਜਾ ਓਏ ਇਹਨੂੰ ਨਾ ਛੇੜ ਅਣਜਾਣ ਬੰਦੇ ਦੇ ਹੱਥ ਚ ਉਪਰਾ ਕਰ ਜਾਂਦੀ ਆ ਇਹ। ਹਟਦਾ ਨਹੀਂ ਹੁੰਦਾ ਓਏ ਮਾੜੀ ਜੀ ਚਲਾ ਕੇ ਦੇਖ ਲੈ ਤਬੂਕ ਨੂੰ ਤੇ ਕਹਦਾ ਨਹੀਂ
ਹੋਰ ਘਰੇ ਸਾਰੇ ਰਾਜੀ ਖੁਸ਼ੀ ਸੀ ਹਾਂ ਹਾਂ ਸਾਰੇ ਠੀਕ ਠਾਕ ਪਹਿਲਾਂ ਤਾਂ ਮੇਰਾ ਇਰਾਦਾ ਆ ਬਦਲ ਗਿਆ ਸੀ ਅੱਛਾ ਮਾ ਚੱਲ ਕੱਲ ਨੂੰ ਚੱਲਦੇ ਆ ਫਿਰ ਮੈਂ ਆਖਿਆ ਚੱਲ ਬਾਗੀ ਚੱਲਦੇ ਆ ਇੱਕ ਤਾਂ ਮੈਨੂੰ ਪਿੰਡ ਵਾਲੇ ਨਹੀਂ ਟਿਕਣ ਦਿੰਦੇ ਕਦੇ ਇੱਧਰ ਲੈ ਜਾਂਦੇ ਨੇ ਕੜੀ ਕੇ ਕਦੇ ਇੱਧਰ ਲੈ ਜਾਂਦੇ ਨੇ ਕੰਮਾਂ ਕਾਰਾਂ 'ਚ ਉਹ ਹੋਰ ਪਿੰਡ ਵਾਲੇ ਕਿੱਥੇ ਜਾਣਾ ਪਿੰਡ ਦਾ ਮੋਹਤਬਰ ਬੰਦਾ ਤੂੰ ਤੈਨੂੰ ਹੀ ਲੈ ਕੇ ਜਾਣਗੇ ਸਾਰੇ ਪਾਸੇ ਵਾਓ ਚੱਲ ਨਾਲੇ ਵਧੀਆ ਕੀਤਾ ਅੱਜ ਆ ਗਿਆ ਤੂੰ ਕੱਲ ਨੂੰ ਤਾਂ ਵੀਰਵਾਰ ਆ ਵੀਰਵਾਰ ਤਾਂ ਛੋਟਾ ਹੋਊ ਮੇਰਾ ਤਾਂ ਕੋਈ ਪਰਹੇਜ ਨਹੀਂ ਵੀਰਵਾਰ ਨੂੰ ਲੈ ਭਾਬੀ ਆਪਾਂ ਹੁਣ 4-5 ਤੌੜੇ ਭਰ ਲਏ ਪਾਣੀ ਦੇ ਹੋਰ ਆਪਾਂ ਨੂੰ ਲੋੜ ਨਹੀਂ ਬਸ ਆਹੀ ਪਾਣੀ ਲੈ ਕੇ ਜਾਵਾਂਗੇ ਆਪਾਂ ਹੁਣ ਆਏ ਹਾਏ ਸਿੱਬੋ ਸਬਜ਼ੀ ਸੁਬਜ਼ੀ ਕਰਤੀ ਤਿਆਰ ਕੋਈ ਨਾ ਬਣਾਉਨੇ ਆ ਆ ਪਾਣੀ ਭਰ ਲਿਆ ਆਹੀ ਲਾਸਟ ਤੌੜਾ ਰਹਿ ਗਿਆ ਇੱਕ ਉਹ ਬੂਟਿਆ ਉਰਿਆ ਤੂੰ ਆ ਬਾਪੂ ਪਿੰਡ ਜਾ ਕੇ ਕੁੱਕੇ ਕੋਲ ਨਾਲ ਤਾਂ ਮੀਟ ਲਿਆ ਤੋਂ ਫੜ ਕੇ ਤੇ ਨਾਲੇ ਦੋ ਬੋਤਲਾਂ ਘਰ ਦੀ ਦੀਆਂ ਮੁਰਗਾ ਮੁਰਗਾ ਉਹ ਆਹੋ ਮੁਰਗੀ ਤਾਂ ਹੁਣੀ ਮਰੂੜੀ ਜਾਇਓ ਕਦੇ ਬੱਕਰੇ ਦੀ ਵੀ ਮਰੋੜ ਲਓ ਉਹ ਕੋਈ ਗੱਲ ਨਹੀਂ ਭਾਈਆ ਐਤਕੀ ਬੱਕਰਾ ਖਵਾ ਲਾਂਗੇ ਤੈਨੂੰ ਜਾਂ ਬੱਕਰਾ ਫੜ ਲਈ ਓਏ ਬੋਤਲ ਵੀ ਲਿਆਉਣੀ ਆ ਹਾਂ ਹਾਂ ਬੋਤਲਾਂ ਫੜ ਲਈ ਤੂੰ ਐ ਬੋਤਲਾਂ ਮੰਗਦੇ ਫਿਰਦੇ ਹੋ ਮੈਨੂੂੰ ਦੱਸ ਦੇ ਮੈਂ ਲਿਆਉਂਦਾ ਘਰੇ ਡਰਮਾਂ ਦੇ ਡਰਮ ਪਏ ਨੇ ਆਮ ਪਈਆ ਘਰੇ ਬਾਪੂ ਫੁੱਫੜ ਮੈਂਬਰ ਹੈ ਨਾ ਨਾ ਸਰਪੰਚ ਹੈ ਨਾ ਲੰਬੜਦਾਰ ਹੈ ਓਏ ਨਹੀਂ ਇਹ ਯਾਰ ਇਹ ਲੋਕ ਐ ਕਿਵੇਂ ਲਈ ਫਿਰਦੇ ਨੇ ਇਹਨੂੰ ਇਹ ਕਿਵੇਂ ਚਾੜ ਰੱਖੇ ਲੋਕਾਂ ਨੇ ਇੰਨਾ ਤਾਣ ਓਹੋ ਉਹ ਕੰਜਰ ਦਿਆ ਸਰਪੰਚ ਦਾ ਤੇਰਾ ਫੁੱਫੜ ਬਣਾਉਂਦਾ ਅੱਛਾ ਹੋਰ ਅੱਛਾ ਅੱਛਾ ਪਤਾ ਕਿੰਨੀ ਪਿੰਡ 'ਚ ਚੜ੍ਹਤਾ ਇਹਦੀ ਤੈਨੂੰ ਮੈਂ ਦੱਸਾਂ ਗੱਲ ਹਾਂ ਪੜਾ ਸਾਰਾ ਪਿੰਡ ਆ ਗਿਆ ਤੀ ਇਕੱਠ ਕਰਕੇ ਅੱਛਾ ਚੜ੍ਹ ਕੇ ਆ ਗਈ ਤੇਰੇ ਤੇ ਹੈਂ ਐਤਕੀ ਚੜ੍ਹ ਕੇ ਕਾਹਨੂੰ ਆ ਗਿਆ ਤੀ ਸਾਲਿਆ ਹਾਂ ਸਰਪੰਚ ਬਣਾਉਣ ਨੂੰ ਕਹਿੰਦੇ ਤੀ ਮੈਨੂੰ ਸਰਬਸੰਮਤੀ ਨਾਲ ਠੀਕ ਸਰਪੰਚ ਹੀ ਬਾਹਰ 'ਚ ਧਰ ਕੇ ਗਏ ਹੈਂ ਹੋਰ ਹੁਣ ਉਹ ਤਾਂ ਮੈਂ ਜਵਾਬ ਦੇਤਾ ਖੜੇ ਪੈਰ ਹਾਂ ਮੈਂ ਨਹੀਂ ਸਰਪੰਚ ਬਣਦਾ ਮੈਂ ਕਿਹਾ ਇਹ ਕੰਮਾਂ 'ਚ ਥਾਣੇ ਦਰਬਾਰੀ ਜਾਣਾ ਪੈਂਦਾ ਮੈਥੋਂ ਕੋਈ ਥਾਣੇਦਾਰ ਛੱਲਿਆ ਜਾਊ ਆਹੋ ਜੀ ਤੁਹਾਡਾ ਸੁਭਾਅ ਤੜਕਾ ਤੈਨੂੰ ਕੰਜਰਾ ਕੀ ਪਤਾ ਡੱਡਾ ਕਦੋਂ ਪਾਣੀ ਪੀਂਦਿਆਂ ਨੇ ਤੂੰ ਬਾਲਾ ਨਾ ਪੁੱਛਿਆ ਕਰ ਤੇਰੇ ਫੁੱਫੜ ਬਾਰੇ ਜਾ ਤੂੰ ਜਾ ਜਿਹੜਾ ਤੈਨੂੰ ਕੰਮ ਕਿਹਾ ਹਾਂ ਮੈਂ ਇੱਕ ਮੁਰਗਾ ਲਿਆਉਣਾ ਬੋਤਲ ਹਾਂ ਹਾਂ ਉਹ ਬੱਕਰਾ ਲੈ ਕੇ ਆ ਅੱਛਾ ਹਾਂ ਹਾਂ ਮੁਰਗੇ ਦਾ ਕੀ ਖਾਣਾ ਆਲੂਆਂ ਦਾ ਬੋਕ ਚੱਲੂ ਬੋਕ ਆਹੋ ਆਹੋ ਜਾ ਭਾਜਾ ਭਾਜਾ ਦਮ ਦੇ ਨੇ ਆ ਜੀ ਨਾਲੇ ਤੇ ਉੱਥੇ ਨਾਉ ਜੇ ਮਾਰੀ ਜਾਵੇ ਚਲੋ ਜੀ ਆ ਜਾਓ ਆ ਦੇਖ ਲਾ ਭਾਬੀ ਭੋਰਾ ਸ਼ਰਮ ਨਹੀਂ ਕਰਦਾ ਗੱਪ ਮਾਰਨ ਲੱਗਿਆ ਗੱਪ ਤਾਂ ਐਡੇ ਐਡੇ ਮਾਰਦਾ ਵੀ ਬੰਦਾ ਸੁਣਦਾ ਥੱਕ ਜਾਂਦਾ ਹੈ ਕਹਿੰਦਾ ਮੈਂ ਥਾਣੇਦਾਰ ਕੁੱਟਦਾ ਕੁੱਤੇ ਦੇ ਸੋਟੀ ਵੱਜਦੀ ਦੀ ਅੱਛਾ ਲੈ ਤੂੰ ਹੋਰ ਕੀ ਗੱਲਾਂ ਕਰਦੀਆਂ ਹੋਰ ਸੁਣ ਮੇਰੀ ਹੈ ਇਹਨੇ ਕੀ ਕੀਤਾ ਭੈਣੇ ਆ ਪਿੰਡ ਦੇ ਜਿਹੜੇ 4-5 ਲਫੰਗੇ ਯਾਰ ਨੇ ਉਹਨਾਂ ਦੇ ਮਗਰ ਲੱਗ ਕੇ ਤੜਿਆ ਤੜਿਆ ਕੇ ਉਹਨਾਂ ਨੇ ਇਹਨੂੰ ਘੋੜੀ ਤੇ ਬੰਦੂਕ ਦਬਾਤੀ ਤੇ ਉਹਦੇ ਦਾ ਕੰਮ ਨੂੰ ਹੱਥ ਨਹੀਂ ਲਾਉਂਦਾ ਭੋਰਾ ਵੀ ਨਹੀਂ ਕੋਈ ਗੱਲ ਨਹੀਂ ਬਾਜੇ ਬੰਦੇ ਦਾ ਸੁਭਾਅ ਕਿਸੇ ਦਾ ਤਾਂ ਕਿਹਾ ਜਾ ਹੁੰਦਾ ਕਿਸੇ ਦਾ ਕਿਹਾ ਜਾ ਹੁੰਦਾ ਨਾਲੇ ਬੰਦ ਤੂੰ ਕੰਮ ਦਾ ਬਥੇਰਾ ਕਰਦਾ ਹੈ ਨੀ ਭੈਣੇ ਕਰਦਾ ਸੀ ਅੱਜ ਇੱਦੇ ਦੀ ਘੋੜੀ ਤੇ ਬੰਦੂਕ ਲੈ ਲਈ ਕੰਮ ਨੂੰ ਹੱਥ ਨਹੀਂ ਲਾਉਂਦਾ ਸਾਰਾ ਕੰਮ ਮੁੰਡਾ ਕਰਦਾ ਕਰਦਾ ਵੀ ਖੇਤੀਬਾੜੀ ਦਾ ਵੀ ਕੋਈ ਨਹੀਂ ਲੈ ਲੈਣ ਦੀ ਐਸ਼ਾ ਉਹਦੇ ਕਰਮਾਂ 'ਚ ਲਿਖੀ ਹੈ ਲੈ ਕੀ ਪੁੱਛਦੀ ਆ ਭਾਬੀ ਇਹ ਕਹਿੰਦਾ ਕਿ ਪਿੰਡ ਦੇ ਵਿੱਚ ਮੇਰੀ ਇੰਨੀ ਬਣੀ ਹੋਈ ਆ ਆ ਭਾਈ ਪਿੱਛੀ ਜੇ ਥੋੜਾ ਜਿਹਾ ਟਾਈਮ ਹੋ ਗਿਆ ਕਿਸੇ ਦਾ ਰਾਜੀਨਾਮਾ ਕਰਾਉਣ ਜਾ ਵੜਿਆ ਉੱਥੋਂ ਆਪ ਹੀ ਛਿੱਤਰ ਖਾ ਕੇ ਆ ਗਿਆ ਪਾਸੇ ਬਣਾ ਕੇ ਆ ਗਿਆ ਮੁੜ ਕੇ ਹਾਏ ਬੂ ਕਰੇ ਨਾਲੇ ਮੈਂ ਕਿੰਨੀ ਵਾਰ ਕਿਹਾ ਵੀ ਨਾ ਗੱਪ ਮਾਰਿਆ ਕਰ ਨਾ ਗੱਪ ਮਾਰਿਆ ਕਰ ਪਰ ਚੱਲ ਹੀ ਨਾ ਦੇ ਚੁੱਪ ਕਰ ਜਾ ਕੋਈ ਗੱਲ ਨਹੀਂ ਫੇਰ ਵੀ ਉਹ ਇਸ ਘਰ ਦਾ ਪਰਾਉਣਾ ਤੂੰ ਕਿਉਂ ਪਰਦੇ ਥੱਲੇ ਜਾਂਦੀ ਹੈ ਲੱਗੇ ਰਹਿਣ ਦੇ ਨਹੀਂ ਭੈਣੇ ਤੂੰ ਤਾਂ ਆਪੇ ਹੀ ਕਹੇਗੀ ਤੁਸੀਂ ਲੱਭਿਆ ਜਾਓ ਮੇਰੇ ਵਾਸਤੇ ਕੋਈ ਨਹੀਂ ਫੁਕਰਾ ਹੁੰਦਾ ਲੈ ਹੋਰ ਦੱਸਦੀ ਆ ਭਾਬੀ ਤੈਨੂੰ ਗੱਲ ਆ ਜਦੋਂ ਅਸੀਂ ਘੋੜੀ ਲਿਆਂਦੀ ਆ ਉਦੇ ਮੈਨੂੰ ਆਥਣੇ ਜੇ ਕਹਿੰਦਾ ਮੈਂ ਤਾਂ ਆਖੇ ਮਾੜੀ ਜੀ ਆਖੇ ਪਿੰਡ 'ਚ ਗੇੜੀ ਲਾ ਕੇ ਆਉਣਾ ਅੱਛਾ ਭੈਣੇ ਘੋੜੀ ਤਾਂ ਇਹਨੂੰ ਭਜਾ ਕੇ ਲੈ ਗਈ ਕੋਈ ਗੱਲ ਨੀ ਜਿਹੜੀ ਹੋ ਗਈ ਸੋ ਹੋ ਗਈ ਅੱਜ ਤਾਂ ਥਕਾਵਟ ਹੋ ਗਈ ਆਰਾਮ ਕਰਨ ਦੇ 2 ਮਿੰਟ ਤੂੰ ਹੋਰ ਜੀ ਤੂੰ ਸਿੱਧੀ ਕਰ ਦੋ ਪਾਈ ਜੋ ਲੱਤਾਂ ਘੁੱਟ ਤੇਰੇ ਫੁੱਫੜ ਦੀਆਂ ਓਏ ਥੱਕ ਗਿਆ ਬਾਟ ਦਾ ਕੰਮ ਸੀ ਘੋੜੀ ਕਣੀਓ ਆਇਆ ਦੇਖ ਆਇਆ ਤੀ ਘੋੜੀ ਓਹੋ ਹਿਣਕੀ ਜਾਂਦੀ ਤੀ ਪੰਗਾ ਨੇ ਲਈ ਉਹਦੇ ਨਾਲ ਆਮ ਬੰਦੇ ਤੋਂ ਨਹੀਂ ਚੱਲਦੀ ਉਹ ਮੈਂ ਤਾਂ ਪਿੰਡ ਵੱਲ ਨੂੰ ਦੂਰ ਰਹੀ ਤੂੰ ਤੋਂ ਓਏ ਦੀ ਗਾ ਦਲੱਤਾ ਮਾਰੂ ਹੋ ਕਿ ਸਾਡੇ ਤੇ ਪਤਾ ਨਹੀਂ ਹੁੰਦਾ ਜਾਨਵਰ ਦਾ ਹੋਰ ਜੀ ਤਾਇਆ ਜੀ ਤਕੜੇ ਹੋ ਓ ਠੀਕ ਆ ਭਾਈ ਨਜ਼ਰਾ ਠੀਕ ਆ ਆਜਾ ਬਾਈਆ ਚਾਹ ਪੀ ਲਾ ਬੈਠਾ ਬਸ ਮੈਂ ਤਾਂ ਲਾਸਣ ਜਾ ਗੁੱਟਦਾ ਦੀ ਮੈਨੂੰ ਖੁਰਪੀ ਦੋ 5 ਮਿੰਟਾਂ ਵਾਸਤੇ ਖੁਰਪੀ ਚਾਹੀਦੀ ਆ ਹਾਂ ਹਾਂ ਜਾ ਬੂਟਾ ਖੁਰਪੀ ਲਿਆ ਕੇ ਦੇ ਓਏ ਨਹੀਂ ਵੱਡੇ ਭਾਈ ਬੂਟੇ ਮੈਂ ਫੜਾ ਜੂ ਜਾਂਦਾ ਹੋਇਆ ਫਿਰਦਾ ਆ ਇੱਥੇ ਖੜ ਜਾ ਹੋਏ ਹਾਂ ਹਾਂ ਇੱਥੇ ਖੜਾ ਮੈਂ ਹੋਰ ਘਰੇ ਠੀਕ ਨੇ ਸਾਰੇ ਠੀਕ ਨੇ ਤਾਇਆ ਤੂੰ ਦੱਸ ਠੀਕ ਹੀ ਚਾਹੀਦਾ ਠੀਕ ਲੈ ਲਿਆ ਬਾਈ ਫੜਾ ਦੇ
मैं फड़ा देना 5 मिनट सही हां मोड़ जी मल हां ठीक है चंगा ओए खड़ जा पुत्रा गल कर लंदे करदे हुंदे ऐ नहीं धक्का करदे हुंदे ए कीदा कुश्ती ओए एहे एदा सेमे दा मुंडा सी नजर नंबरदारां दा इनू पता नहीं बंता आया होया ओहो ओए ओ तां थोनू जानदा नहीं हैगा अकल नहीं बड़े छोटे नू किवें बुलाउंदे हुंदे ने ओ तां है पर उनू पता नहीं जानदा नहीं ना हैगा ओ पता नहीं उनू चल कोई ना चूत बहुत फेरदा ना मैं इहे दे ओहो कानू परौणा गर्म हुंदा कोई ना ठंड रख नहीं पता उनू जवाक नू बेसूहा पता नहीं किहदा आ गया उरे ओ तां सही थी इन्नी है नी भी जान पछाण की खड़ता नहीं खड़ता बुलावा आई मुड़ गया उन्हूं पता नहीं थी कोटली वाला बंता आया होया 25 पिंड जानते ने आले दुआले सारे ने अंग साक जानते ने मैनू ओ इत्थे बेइज्जतियां करवाउणा आ मैं ओहो जाना मैं तां कुड़ी नहीं तां जा बूटे बुला के लेके आणू बेइज्जती कराती उरे जाना अज नूं बुला के लेके सत श्रीकाल बुला के जा साडे फुफड़ नूं जा भज के मैं तां जाना नहीं मैनू सत श्रीकाल बुला के जावे मेरी भी हंटा हुण ओ भग जा भग जा ले आणू तुसीं गर्म ना हो जी बैठो 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 तुसीं जियो ना आया फिर फुफड़ सच्चियों भग जू तन्ने कि नहीं तूं सुन लिया करो गल जाना यार मैं ता। मैं ता इज्जती नहीं हैगी उरे सिब्बा जाना मैं ता। आ पानी ला के आ बंत सा बैठ बैठ कबरी दा नहीं हुंदा आउंदा कि नहीं आउंदा 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 बैठ बैठ तू कोई गल नहीं पता नहीं कहे जे बंदे आ लिया जाने छोटियां कोई गल नहीं जी बेइज्जतियां कराउण नूं बुलाया मैनूं उरे कानू जवाक आ उस नूं जानदा नहीं हैगा सी जानदा क्यों नहीं मैनूं मेरे हो जू सोनू ना बुलावे कोई दस्सिया नहीं तुसीं मेरे बारे उहनूं चलो कोई गल नहीं कोई गल नहीं कर्म ना होवे कोई गल नहीं कर्म ना होवे बंदूक चलाउनी सत्या मिठे बोली मगर चाहे चार गाली कट दी पर जाके यार सवाल है भुलेखे च मैनू तां देखण दुखण वाले होने ताया मैं कहा सी मैं भुलेखा पै गया ਭਲੇਖੇ ਚ ਕਾਹਨੂੰ ਰਹਿ ਗਿਆ ਤੇਰੀ ਅੱਖਾਂ ਫੁੱਟੀਆਂ ਤੀ ਬੰਤਾ ਬੈਠਾ ਕੋਟਲੀ ਵਾਲਾ ਕੌਣ ਨਹੀਂ ਜਾਣਦਾ ਮੈਨੂੰ 25 ਪਿੰਡਾਂ ਚ ਉਹ ਤਾਂ ਗੱਲ ਹੈ ਠੀਕ ਹੈ ਜੀ ਮੈਂ ਭਲੇਖੇ ਚ ਰਹਿ ਗਿਆ ਭਲੇਖੇ ਚ ਰਹਿ ਗਿਆ ਮੈਨੂੰ ਨਹੀਂ ਪਤਾ ਦੀ 7.5 ਲੱਖ ਦਾ ਤਾਂ ਮੇਰੇ ਕੈਂਠਾ ਪਾਇਆ ਹੋਇਆ ਉਹ ਤਾਂ ਠੀਕ ਹੈ ਜੀ ਮੈਨੂੰ ਤਾਂ ਪਤੀ ਨਹੀਂ ਦੀ ਵੀ ਬੰਤ ਸੂ ਆਇਆ ਹੋਇਆ ਮੇਰਾ ਫੁੱਫੜ ਕੋਟਲੀ ਤੋਂ ਪਾਵੇ ਨਾਲ ਲੱਗੀ ਪਈ ਤੀ ਜਰਮਨ ਤੇ ਨੂੰ ਨਹੀਂ ਦਸੀ ਆਥਣੇ ਲੈ ਚੱਲਾਂਗੇ ਘਰੇ ਪਾਰਟੀ ਸ਼ਾਲਟੀ ਕਰਾਂਗੇ ਠੀਕ ਆ माफी दे मुंडे कोई गल नहीं बूटे जा यार तू ना दो बोतल फड़के लेके घर दीदिया नाले मीट लेके फड़के उतो जा बग जा पिंड बग जा कोई गल नहीं ठंडे हो ਕਿਹਾ ਦੀ ਹਜਾਮਤੀ ਇਹਨੂੰ ਮੁੱਛ ਦਾ ਕੁੰਡ ਘਟਾ ਦੇ ਖੜੀ ਘੱਟ ਹੁੰਦੀ ਆ ਓ ਹੋ ਜੀ ਸੋਡੀ ਤਾਂ ਮੁੱਛ ਡਿੱਗੀ ਦੀ ਬਥੇਰਾ ਰੋਬ ਆ ਹੈ ਹੁਣ ਤਾਂ ਫੇਰ ਖੜੀ ਆ ਸੁੱਖ ਨਾਲ ਰੋਬ ਦਾ ਕੰਮਾਂ ਨਾਲ ਹੀ ਹੈ ਇਹ ਤਾਂ ਹੈ ਹਾਂ ਦੋ ਬੋਤਲਾਂ ਕੀ ਕਰਾਉਣੀਆਂ ਇੱਕ ਨਾ ਸਰਦਾ ਨਹੀਂ ਓਏ ਨਹੀਂ ਤੇਰਾ ਫੁੱਫੜ ਡਰਾਮਾ ਦਾਰੂ ਦਾ ਜੇ ਘੱਟ ਗਈ ਕਿੱਥੋਂ ਲੈ ਕੇ ਆਵਾਂਗੇ ਅੱਧੀ ਰਾਤ ਨੂੰ ਕੱਚਾ ਰਹਿ ਗਿਆ ਜੀ ਤੁਸੀਂ ਕਿਉਂ ਮੰਗਤੇ ਬਣੇ ਹੋਏ ਤੁਸੀਂ ਮੈਨੂੰ ਦੱਸਦੇ ਮੈਂ ਲਿਆਉਂਦਾ ਪਿੰਡੋ ਉਹ ਤੁਸੀਂ ਕਿੱਥੇ ਚੱਕੀ ਫਿਰਦੇ ਚੱਕੀ ਕੋ ਫਿਰਦੇ ਮੇਰੇ ਤਾਂ ਆਮ ਪਈ ਆ ਡਰਾਮਾ ਦੇ ਡਰਮ ਪਏ ਨੇ ਮੈਨੂੰ ਤਾਂ ਉਹੀ ਦੇ ਜਾਂਦੇ ਨੇ ਲੋਕ ਜਿਹਦਾ ਕੰਮ ਕਢਾ ਦਿੰਦਾ ਮੈਂ ਆਹੋ ਵੀ ਚੱਕ ਬੰਤਿਆ ਦਾਰੂ ਆਹੋ ਭਾਈ ਤੁਹਾਡੀ ਫਿਰ ਵੱਡੀ ਆ ਗੱਲ ਹੁਣ ਤੇਰੇ ਨਾਲ ਕਿੱਥੇ ਰਲ ਕੇ ਪੜਾ ਸੀ ਹੈ ਮੋਦਵਾਰ ਬੰਦੇ ਮੰਗਤੇ ਬਣੇ ਚੱਲ ਕੋਈ ਚੱਕ ਫਫੜਾ ਲੈ ਪਹਿਲਾਂ ਤਾਂ ਬੱਕਰਾ ਦੇਖ ਕਿਵੇਂ ਬਣਿਆ ਦੇਖ ਓਏ ਪੈਗ ਪਾ ਤੇਰੇ ਫਫੜ ਨੂੰ ਜਾਣ ਦੇ ਮੋਟਾ ਜਿਹਾ ਪਾ ਦੇ ਵਧੀਆ ਜਿਹਾ ਪਾਣੀ ਪਾ ਦੇ ਥੋੜਾ ਲੂਣ ਘੱਟ ਪਾਇਆ ਨਾਲੇ ਤਾਂ ਇਹ ਨਿਰੀ ਪਿੰਦਾ ਕੇਰਾ ਦਾ ਨਿਰੀ ਆਉਣ ਦੇ ਕੇਰਾ ਰੁਸਣਾ ਜਾਵੇ ਰਿੱਝ ਗਿਆ ਵਧੀਆ
ਕਿਵੇਂ ਬਣਿਆ ਓਏ ਪੂਰਾ ਐਣ ਥਲੇ ਦਾ ਲੋਟਾ ਤਰ ਜਾ ਓਏ ਪੂਰਾ ਵਧੀਆ ਬਣ ਗਿਆ ਮੈਨੂੰ ਇੰਨੀ ਉਮੀਦ ਨਹੀਂ ਰਹੇਗੀ ਪੜ ਦੂ ਮੇਰੇ ਸਾਲੇ ਨੂੰ ਜੇ ਹੁਣ ਵਾਲਿਆ ਪਏਗਾ ਮੈਂ ਇਸ ਨੂੰ ਕੱਖ ਚ ਦੇਖਿਆ ਮੈਂ ਚਲ ਓਏ ਹੋਰ ਸੁਣਾਓ ਫਿਰ ਤੂੰ ਦੇਖ ਕੇ ਲਾਈ ਨਾਲੇ ਮੇਰੀ ਰੀਸ ਚ ਕਿਤੇ ਮਗਰੋਂ ਉੱਲ ਉੱਲ ਕਰੀ ਆ ਮੈਂ ਝਾਲੂ ਆ ਮੇਰਾ ਸਰੀਰ ਤਾਂ ਝਾਲ ਨਹੀਂ ਨਹੀਂ ਬੰਤਾ ਮੇਰਾ ਤਾਂ ਇਹ ਪੇਗੀ ਪਹਿਲਾਂ ਨਾਲੇ ਮੈਂ ਤੈਨੂੰ ਗੱਲ ਦੱਸਦਾ ਤੈਂ ਯਕੀਨ ਨਹੀਂ ਮੰਨਣਾ ਮੇਰੇ ਘਰੇ ਪਈ ਦਾਰੂ ਗਲੀ ਜਾਂਦੀ ਹੈ ਸੱਤ ਢੋਲ ਡੋਲੇ ਨੇ ਮੈਂ ਭਾਰ ਖਰਾਬ ਹੋ ਗਏ ਪਈ ਗੁੜ ਚਿੱਲੀ ਜਾਂਦਾ ਸਤਾਰਾਂ ਕੱਟੇ ਗੁੜ ਦੇ ਖਰਾਬ ਹੋ ਗਏ ਪਏ ਬਾਂਤੇ ਦੇ ਘਰੋਂ ਲੱਸੀ ਮੁੱਕ ਜੂ ਦਾਰੂ ਨਹੀਂ ਮੁੱਕ ਸਕਦੀ ਮਰੀ ਜਾਂਦਾ ਫੈਂਟਰ ਅਗਵਾ ਜਦੋਂ ਉੱਥੇ ਜਾਈਦਾ ਮੋਟਾ ਸੰਤਰਾ ਧਰ ਦੋ ਕੀ ਕਹਿੰਦਾ ਮੋਟਾ ਪੈਗ ਲਾਓ ਜੀ ਮੈਂ ਮੋਟਾ ਜਾ ਪੈਗ ਹਾਂ ਪੈਗ ਤਾਂ ਮੋਟਰ ਹੀ ਬਣਾਉ ਬੂਟੇ ਕਿੱਥੇ ਲੰਘ ਗਿਆ ਬੂਟਰਾ ਅਰੇ ਕੱਟ ਗਈ ਆਹ ਮੀਟ ਠੰਡਾ ਹੋ ਗਿਆ ਜਾਂ ਤੇਰੀ ਬੇਬੇ ਤੋਂ ਪਵਾ ਕੇ ਲੈ ਕੇ ਹੋਰ ਉਹਨੂੰ ਕਹਿ ਤੱਤਾ ਕਰਦੇ ਹੋਰ ਮੇਰੀ ਗੱਲ ਸੁਣ ਤੂੰ ਤਾਂ ਨੀ ਝੂਸ ਸਕਦੇ ਦੇਖ ਲਿਆ ਮੈਂ ਨੀ ਪੀਤੀ ਪੁੱਤੀ ਜਮੀ ਲੈ ਫੜ ਹੋਰ ਨੀ ਹੈਗਾ ਹੁਣ ਨਾਲੇ ਕਿਵੇਂ ਹਲਕਿਆ ਹੋਇਆ ਕਿਸੇ ਨੇ ਪਤੀਲੇ ਨੂੰ ਚਿੰਬੜਿਆ ਪਿਆ ਸਾਬਰ ਵੀ ਹੁੰਦਾ ਕਿਸੇ ਚੀਜ਼ ਦਾ ਚੱਲ ਹੁਣ ਤੜਫ ਜੇ ਨਾ ਜੇ ਘਟ ਗਿਆ ਬੋਲ ਮਾਰਦੀ ਕੁੱਤਾ ਵੱਢ ਲਿਆ ਮੈਂ ਬੋਲ ਮਾਰਦੀ ਨਾਲੇ ਨਾ ਮਾਰਦੀ ਕੇ ਬਕੇ ਜਾਂਦੇ ਮਰਿਆ ਰੇ ਨੀ ਫੜੋ 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 ਬਾਪੂ ਲੈ ਦੇਖਾਂ ਗਿਆ ਮੈਂ ਉਹੜਾ ਬਾਇਆ ਬਾਇਆ ਓਏ ਬੰਨ ਹਾਂ ਫੜਾ ਓਏ ਬੈਠ ਬੁਟਿਆ ਉਹ ਕੌਡੀ ਕੁੱਡੀ ਖੇਡਦਾ ਹੁੰਦਾ ਕਗਲੀ ਬਾਹੀ ਜੋ ਗਈ ਹੈ ਨਾ ਖੇਡਦਾ ਤੀ ਇਹ ਕੈਂਚੀ ਮਾਰੀ ਇੱਕ ਹੀ ਰਾਤ ਟੁੱਟ ਗਈ ਮੈਂ ਛੱਡਤੀ ਫਿਰ ਮੈਂ ਲਾਂਬੇ ਵਾਲੀ ਗੱਲ ਹੋ ਜਾਂਦੀ ਹੈ ਅੱਛਾ ਜੀ ਤੈਨੂੰ ਮੈਂ ਦੱਸਦਾ ਮੈਂ ਗੱਲ ਦਾ ਮਾਣ ਨਹੀਂ ਕਰਦਾ ਛੋਟੇ ਪਿੰਡ ਦੀ ਚੱਲ ਮੰਨਦਿਆਂ ਵੀ ਵਧੀਆ ਖਿਡਾਰੀ ਨੇ ਛੋਟੇ ਪਿੰਡ ਦੇ ਕੌਡੀ ਵਾਲੇ ਪਰ ਜਿਹੜਾ ਕਹਿੰਦਾ ਕਹਾਉਂਦਾ ਖਿਡਾਰੀ ਹੈ ਉਹ ਮੇਰੇ ਨਾਲ ਆ ਜੇ ਟਾਕਰਾ ਕਰ ਲੇ ਮੈਂ ਆਪਦੇ ਟਾਈਮ ਦਾ ਪੂਰਾ ਕਹਿੰਦਾ ਕਹਾਉਂਦਾ ਖਿਡਾਰੀ ਰਿਹਾ ਹੱਲਣ ਨਹੀਂ ਦਿੰਦਾ ਮੈਂ ਚਾਹੇ ਦਾ ਰੇਟ ਪਾ ਲੇ ਮੇਰੇ ਤੇ ਚਾਹੇ ਮੈਂ ਜੱਫਾ ਲਾਊਂਗਾ ਚਾਹੇ ਮੈਂ ਰੇਟ ਪਾ ਲਾ ਮੈਨੂੰ ਰੱਖ ਕੇ ਦਿਖਾਵੇ ਨਾ ਫਰਕ ਆ ਤੇ ਇੱਕ ਥਾਪੜ ਦਾ ਮੈਂ ਗੱਲ ਤੇ ਨਾ ਠੀਕ ਹੈ ਹਾਂ ਆਪਾਂ ਪਰਮਾਨ ਨਹੀਂ ਆਪਾਂ ਕਰਾ ਕਦੇ ਤੇਰੇ ਫੁੱਫੜ ਦੀ ਜਵਾਨੀ ਪੈਰੇ ਪਲਵਾਨੀ ਤੇ ਕੌਡੀ ਚ ਤਾਂ ਝੰਡੀ ਰਹੀ ਆ ਦੱਸਿਆ ਕਰ ਨਹੀਂ ਦਾ ਮੈਂ ਵੀ ਚੜਤਾਂ ਬਾਰੇ ਦੱਸਿਆ ਕਰ ਜਵਾਕ ਨੂੰ ਇਹ ਜਵਾਕ ਆ ਇਹਨੂੰ ਪਤਾ ਨੀ ਰੇਡਰ ਦਾ ਇਹ ਮੰਨਿਆ ਪਰ ਮੰਨਿਆ ਸੀ ਪੂਰੇ ਇਲਾਕੇ ਚ ਇਲਾਕੇ ਚ ਪਤਾ ਬੜਾ ਤਾਂ ਇਹ ਜਵਾਕ ਜਿੱਥੇ ਮੈਂ ਕੈਂਚੀ ਲਾ ਦੀ ਕੈਂਚੀ ਨੀ ਛੱਡੀ ਜਿੱਥੇ ਮੈਂ ਰੇਡ ਪਾਤੀ ਪਾਲੇ ਤੱਕ ਖੜਿਆਰੀ ਕਢੀ ਛਕੇ ਲਿਆਉਂਦਾ ਫਿਰ ਤੂੰ ਐਂ ਮੰਨ ਲੈ ਇਦਾਂ ਹੀ ਕਰਦਾ ਸੀ ਤੇਰਾ ਫੁੱਫੜ ਦਾ ਤਕੜਾ ਤੇ ਜ਼ੋਰ ਚੋ ਕੁੱਲ ਖੜਿਆਰੀ ਮਾਂਜਿਆ ਹੋਇਆ ਮੇਰਾ ਝੋਟਾ ਸੀ ਝੋਟਾ ਕੁੱਲ ਖੜਿਆਰੀ ਕਢੀ ਛਿਆ ਕਹਿੰਦਾ ਕਹੂੰਗਾ ਆ ਪੈਗ ਪਾ ਪੈਗ ਚੱਕੋ ਜੀ ਤੁਸੀਂ ਮੇਰਾ ਗੱਲ ਕਰ ਹੁਣ ਸਰੀਰ ਡਾਊਨ ਹੋ ਗਿਆ ਮਾੜਾ ਮੋਟਾ ਬੜੇਪਾ ਆਉਣ ਲੱਗ ਗਿਆ ਨਾ ਠੀਕ ਹੈ ਬੜੇਪਾ ਕੌਣ ਕਹਿੰਦਾ ਬੜੇਪਾ ਤਾਂ ਨਹੀਂ ਆਇਆ ਹਜੇ ਨਹੀਂ ਮੈਂ ਨਹੀਂ ਹੱਥ ਧਰਾਉਂਦਾ ਕਿਸੇ ਤੋਂ ਲੈ ਫਰ ਮਰਦਾ ਅੱਛਾ ਨੀਂਦ ਤੇ ਕੀ ਆਉਂਦਾ ਮੇਰਾ ਸ਼ਾਰਕ ਇਹ ਜਵਾਕ ਜ਼ਿਆਦਾ ਗਲਤ ਗਜਾ ਤਾ ਦਾਰੂ ਤੇ ਚੱਲ ਕੋਈ ਨਾ ਹੈ ਦੇਖ ਜਾ ਪਾ ਜਾ ਕੋਲੀ ਤੇ ਪਾਣੀ ਮਾਰ ਮੜਾ ਜਾ ਚੱਲ ਚੱਲ ਨਮਾ ਕੇ ਉਹਨੂੰ ਪਾਇਆ ਤੂੰ ਹੱਥ ਪਾਇਆ
ਮੈਂ ਕਰਦਾ ਢੂਹੀ ਸਿੱਧੀ ਮੈਂ ਸ਼ਰਾਬੀ ਹਾਂ ਚੰਗਾ ਬੁੜੀਆਂ ਜਿਹਾ ਨੂੰ ਨਾ ਮੇਰੇ ਕੋਲ ਤੋਰੀ ਚੰਗਾ ਐਵੇਂ ਵਾਧਾ ਘੱਟ ਹੋਜੂ ਗੱਲ ਦਾ ਫਾਇਦਾ ਨਹੀਂ ਮੈਂ ਫੈਰ ਫੇਰ ਮਾਰੂ ਲੈ ਦੇਖ ਲਾ ਭਾਬੀ ਕਿਵੇਂ ਫੁਕਰੀਆਂ ਮਾਰੀ ਜਾਂਦਾ ਭਲਵਾਨੀ ਦੀਆਂ ਗੱਲਾਂ ਤਾਂ ਐ ਕਰਦਾ ਜਿਵੇਂ ਪੁਰਾਣੇ ਸਮੇਂ ਚ ਕੋਟੀ ਵਾਟੀ ਖੇਡਦਾ ਹੋਵੇ ਵੱਡਾ ਦਾਰਾ ਸਿੰਘ ਬਣਿਆ ਫਿਰਦਾ ਨੀ ਬੀਬੀ ਨਾਨ ਦੇ ਕੋਈ ਗੱਲ ਨੀ ਕਰ ਲੈਣ ਦੇ ਬਾਈ ਨੂੰ ਆਪਦਾ ਰਾਂਝਾ ਰਾਜੀ ਨੀ ਭੈਣੇ ਇਹ ਗੱਲ ਸੁਣ ਮੇਰੀ ਆ ਪਿੰਡ ਵਾਲੇ ਮੂਹਰੇ ਤਾਂ ਇਹ ਕੁਸਕਦਾ ਨੀਗਾ 36 ਵਾਰ ਤਾਂ ਇਹਨੇ ਸਰਪੰਚਾਂ ਤੋਂ ਛਿੱਤਰ ਖਾਦੇ ਨੇ ਹੈ ਆਹ ਜਿਹੜੀ ਮੋਢੇ ਤੇ ਡੰਗੀ ਫਿਰਦਾ ਇਹ ਡੰਗਣ ਜੋਗਾ ਹੀ ਆ ਚਲਾਉਣ ਦੀ ਹਿੰਮਤ ਹੈ ਨਹੀਂ ਇਹਦੇ ਚ ਰੂਹ ਮੈਂ ਮਰ ਜਾ ਸੱਚੀ ਇਹ ਇਹੋ ਜੇ ਹੈ ਲੈ ਹੋਰ ਐਵੇਂ ਫੁਕਰ ਮਾਰਦਾ ਫਾਲਤੂ ਦੀਆਂ ਫੁਗਾ ਆਪਾ ਪੜਨਾ ਪੜ ਨਹੀਂ ਫਿਰਦਾ ਰੌਲਾ ਰੂਲਾ ਲੱਗਦਾ ਪਿੰਡ 'ਚ ਮੈਨੂੰ ਬੇ ਕਾਨੂੰ ਰੌਲਾ ਲੱਗਦਾ ਗਾ ਐਵੇਂ ਉਹ ਚੱਕ ਚਕਾ ਕੇ ਲਗਾੜਿਆ ਨੇ ਦਬਾਤੀ ਹੁਣ ਚਲਾਉਣੀ ਥੋੜੀ ਆਉਂਦੀ ਹੈ ਇਹਨੂੰ ਇਹ ਤਾਂ ਤੁਹਾਡੇ ਮੂਹਰੇ ਫੁਕਰੀ ਮਾਰੀ ਜਾਂਦਾ ਤੁਸੀਂ ਐਵੇਂ ਇਹਨੂੰ ਦੇਖ ਦੇਖ ਕੇ ਐਂ ਹੋਈ ਜਾਂਦੇ ਹੋ ਵੀ ਪਤਾ ਨਹੀਂ ਫੁੱਫੜ ਦਾ ਪਤਾ ਨਹੀਂ ਕੀ ਚੱਕੀ ਫਿਰਦਾ ਉਹ ਬੱਕਰਾ ਜਿਹਾ ਪਿਆ ਥੋੜਾ ਮੋਟਾ ਬੇ ਬਸ ਕਰ ਜਾ ਤੂੰ ਹੋਰ ਨਾ ਰੀਸ ਲਾ ਦੀ ਵਗ ਜਾਣ ਦੇ ਜੇ ਜਾਂਦਾ ਕਿੱਧਰ ਆ ਤੇਰੇ ਸਰ ਦੇ ਨੇ ਇਹੀ ਲੜਕ ਲੱਗੀ ਰਹਿੰਦੀ ਹੈ ਕੀ ਕਹਿੰਦਾ ਭਾਬੀ ਇਹ ਕੀ ਕਹਿਣਾ ਇੱਕ ਆਪ ਕੰਡਿਆਂ ਦੀ ਕੰਡੇਰ ਬੀਜਦਾ ਕਹਿੰਦਾ ਹੋਰ ਪਿਆ ਕਹਿੰਦਾ ਬੱਕਰਾ ਖਾਣ ਵਾਸਤੇ ਉਹਦੇ ਲੈ ਦੱਸ ਮੈਂ ਦੱਸ ਬੇ ਐਵੇਂ ਨਾ ਚਮੜਾ ਆਇਆ ਕਰੋ ਮੰਨਿਆ ਵੀ ਤੁਹਾਡਾ ਫੁੱਫੜ ਆ ਫਿਰ ਐਵੇਂ ਚੌੜਾ ਹੁੰਦਾ ਇੱਥੇ ਆ ਕੇ ਬਾਧੂ ਦਾ ਬਿਨਾਂ ਗੱਲ ਤੋਂ ਉੱਥੋਂ ਦੀ ਬਾਜ ਕਰ ਦਿੰਦੇ ਆਉਂਦੀ ਨਹੀਂ ਜਮੀ ਹੁਣ ਓਟਾ ਦਾ ਰਿਆਂ ਬੇ ਤੂੰ ਟਿਕ ਜਾ ਜੇ ਆਉਣ ਦੇ ਦੇ ਤੂੰ ਮੈਨੂੰ ਬੇ ਘਰੇ ਤਾਂ ਉਹਦੀ ਬਾਜ ਨਹੀਂ ਨਿਕਲਦੀ ਇੱਥੇ ਤੁਸੀਂ ਪਤਾ ਨਹੀਂ ਕਾਹ ਤੋਂ ਉਹਦੇ ਮਗਰ ਮਗਰ ਤੁਰੇ ਫਿਰਦੇ ਹੋ ਬੀਬੀ ਨਾਂਡੇ ਸਾਡਾ ਤਾਂ ਫਰਜ਼ ਬਣਦਾ ਪਰਾਉਣਾ ਧਰਾਉਣਾ ਸਾਡੀ ਸੇਵਾ ਕਰਨ ਦਾ ਹੱਕ ਬਣਦਾ ਚਾਹੇ ਕੁਛ ਵੀ ਹੈ ਕਿਵੇਂ ਦਾ ਹੀ ਹੈ ਚਲ ਸੁਣੀ ਜਾਓ ਭਾਈ ਫਿਰ ਉਹਦੀਆਂ ਫੁਕਰੀਆਂ ਮਰਜ਼ੀ ਆ ਤੁਹਾਡੀ ਸਾਨੂੰ ਤਾਂ ਸੁਣਨੀਆਂ ਪੈਣਗੀਆਂ ਸਾਨੂੰ ਸਰਦਾ ਨਹੀਂ ਕਿਹੜਾ ਆ ਗਿਆ ਤੜਕੀ ਤਿੰਨ ਚੜ ਗਿਆ ਓਏ ਲਾ ਦੇ ਜੰਗੜਾ ਹਿੱਲਿਆ ਪਿਆ ਸਾਰਾ ਇਹਨੇ ਮੋਢਾ ਮੋਢਾ ਬਚਿਆ ਹੋਊ ਰਾਤ ਬੰਤ ਦਾ ਉਹ ਮੈਥੋਂ ਵੱਜੀ ਲੱਤ ਇਹਦੇ ਆਹੋ ਬੱਤ ਤੇ ਰਹਿ ਗਈ ਚੱਲ ਚਾਹ ਲੈ ਆਇਆ ਮੁੰਡਿਆ ਹਜੇ ਧਰ ਲੈ ਜੇ ਨਹੀਂ ਪੀਣੀ ਉਹ ਹਜੇ ਨੀ ਪੀਂਦੇ ਪਹਿਲਾਂ ਜੰਗਲ ਪਾਣੀ ਜਾ ਆਈਏ ਆਹੋ ਜਾ ਆ ਬੂਟੇ ਜਾ ਪਾਣੀ ਦੀ ਬੋਤਲ ਭਰ ਓਏ ਤੇਰੇ ਫੁੱਫੜ ਨੂੰ ਜੰਗਲ ਪਾਣੀ ਲੈ ਕੇ ਜਾ ਖੇਤਾਂ ਕਰਨੀ ਤਾਤਣ ਤੁਤਣ ਕਰਨੀ ਮੈਂ ਪਾਣੀ ਦਾ ਪਤੀਲਾ ਧਰਤਾ ਜਦੋਂ ਨਹਾਉਣਾ ਹੋਇਆ ਦੱਸ ਦੀ ਮੈਨੂੰ ਬੂਟਾ ਪਾਣੀ ਪਾ ਦੂ ਗਾਣਾ ਲਾਂਗੇ ਚੰਗਾ ਆਹੋ ਮੈਂ ਆ ਗਿਆ ਜਾ ਆ ਮੈਂ ਮਾੜਾ ਜਾ ਪਾਣੀ ਦੀ ਬੋਤਲ ਭਰ ਓਏ ਜਾ ਕੇ ਉਹ ਬੂਟਿਆ ਆ ਫੜ ਓਏ ਰਾਫਲ ਆ ਜਾ ਦੇਖ ਕੇ ਦੇਖ ਕੇ ਬੰਤ ਫੜਾ ਹੋ ਅਦਮੂਕ ਕਿਉਂ ਚੱਕ ਲਈ ਨਾਲ ਇਹਦਾ ਕੀ ਕੰਮ ਆਪਾਂ ਕਿਹੜਾ ਸ਼ਿਕਾਰ ਖੇਡਣ ਜਾਂਦੇ ਹਾਂ ਤਮੂਕ ਦਾ ਤਾਂ ਕੰਮ ਹੀ ਕੰਮ ਹੈ ਹਾਂ ਤੈਨੂੰ ਕੀ ਪਤਾ ਭਲਿਆ ਮਾਨਸਾ ਆਹ ਪਿੰਡ 'ਚ ਮੇਰਾ ਕਿੰਨਾ ਵੈਰ ਵਿਰੋਧ ਹੈ ਜੇ ਕੋਈ ਟੱਟੀ ਬੈਠੇ ਤੇ ਗੋਲੀ ਮਾਰ ਗਿਆ ਮੇਰੀ ਕੀ ਅਣਖਾਂ ਰੁਲ ਜਾਣਗੀਆਂ ਇੱਥੇ ਬੰਦੂਕ ਦਾ ਕੀ ਕੰਮ ਸਭ ਪਤਾ ਮੈਨੂੰ ਵੱਡੇ ਬੈਲੀ ਦਾ ਤੇਰੇ ਦੁਸ਼ਮਣਾਂ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਗੋਲੀ ਮਾਰਨ ਦਾ ਤੇਰੇ ਜਾਣੀ ਅਗਲੇ ਨੇ ਬੇਇੱਜ਼ਤੀ ਥੋੜ੍ਹੀ ਕਰਾਉਣੀ ਹੈ ਟੱਟੀ ਬੈਠੇ ਤੇ ਗੋਲੀ ਮਾਰੂਗਾ ਕੋਈ ਤੇਰੇ ਆ ਗਿਆ ਜੀ ਆ ਗਿਆ ਫੁੱਦੂ ਬੇਲੀਆਂ ਦੀ ਆਈ ਨਿਸ਼ਾਨੀ ਹੁੰਦੀ ਹੈ ਇਹ ਸਾਲੇ ਟੱਟੀ ਵੀ ਆ ਸਾਲੇ ਨਾ ਬੈਠਣਗੇ ਆ ਗਿਆ ਜੀ ਆ ਗਿਆ ਵਾਲੀ ਝਾੜ ਬੂਜ ਲੈ ਫੜਾ ਰਾਫਲ ਫੜ ਲੈ ਮੈਨੂੰ ਫੜਾ ਦੇ ਬੋਤਲ ਨਾਲੇ ਮੈਨੂੰ ਚਕੰਨਾ ਕਰਦੀ ਜੇ ਕੋਈ ਦੁਸ਼ਮਣ ਆ ਗਿਆ ਆਸ ਪਾਸ ਚੰਗਾ ਕਰ ਦੂ ਜੀ ਹਾਂ ਤਾਂ ਨਾ ਮੈਂ ਚਲਾ ਨਾ ਦੇਈ ਇਹਨੂੰ ਤੋੜ ਕਰੀ ਹੋਈ ਆ ਪਰ ਮੂੰਹ ਕਰ ਲੈ ਮਾੜਾ ਜਾ ਉਹ ਤੂੰ ਕਿਹੜਾ ਓਏ ਤੈਨੂੰ ਅਕਲ ਨਹੀਂ ਹੈਗੀ ਉਹ ਜਿੰਦਰਾ ਕੀ ਹੋ ਗਿਆ ਓਏ ਆ ਕਿਹਦਾ ਗੁੱਸਾ ਵਾ ਮੇਰੇ ਬਰਾਬਰ ਬਹਿ ਗਿਆ ਇਹਨੂੰ ਪਤਾ ਨਹੀਂ ਬੰਤਾ ਬੈਠਾ ਇੱਥੇ ਚੱਲ ਖੜਾ ਹੋ ਬਰਾਬਰ ਬੈਠਣ ਨਾਲ ਕੀ ਹੁੰਦਾ ਹੁੰਦਾ ਕਿਉਂ ਨੀ ਤੈਨੂੰ ਪਤਾ ਨੀ ਮੈਂ ਬੈਠਾ ਉਰੇ
आके बह गया बेअकले जा। मैनू नहीं पता तू कौन है। की हो गया जी? होया क्यों नहीं मेरे बराबर बह गया आके? ओहो कानू जे दियो आदत पता नहीं इनू। ओए आदत बेचारा होया पया भाई बन के इधर नु बजा दूर होके फफड़ा मेरा बराबर बैठे नाल कहे ने यार छोटे पिंड ते। ओहो बजा बजा फफड़ा बजा बजा परां भाग जा जिंद्रा। मदा जानना पिंड नु यार, मदा पिंड नु जानना। ਆਉਂਗੀ ਦਾਸਾ ਪੜਾ ਆਪਦੀਆਂ ਬੋਤਲਾਂ ਬੋਤਲਾਂ ਹੀ ਆ। ਮੈਂ ਤਾਂ ਪਿੰਡ ਰੋ ਜਾਣਾ ਆਫਲ ਫੜਾ ਲੈ ਕੱਢਾਂ ਵਿੱਚ ਦੀ ਇਹਨੂੰ ਮੈਂ ਬਿਠਾਉਣਾ ਬਰਾਬਰੀਆ ਕਰਾਉਣਾ ਇਹਨੂੰ ਮੈਂ। ਫੁੱਫੜ ਜੀ ਗੱਲ ਸੁਣੋ ਮੇਰੀ, ਗੱਲ ਸੁਣੋ। ਆ ਆ ਆ ਫੜਿਓ ਬੋਤਲ ਫੜਿਓ ਤੇ ਫੜਾ ਹਰ ਪਚਾਲਾ ਹਾਪਿਆ ਬਾਈ ਦੇ ਕਾਨੂੰ ਟੱਟੀਆਂ ਪਿੱਛੇ ਪੈਰ ਪਾਉਂਦੇ ਫਿਰਦੇ ਹੋ, ਕੀ ਫਾਇਦਾ ਹੈ? ਫਾਇਦਾ ਕੀ ਹੈ ਮੇਰੇ ਬਰਾਬਰੀ ਕਿਵੇਂ ਕਰ ਲਈ ਮੇਰੀ ਇਹਨੇ? ਕਹਿ ਤਾਂ ਮੈਂ ਕਹਿਤਾ ਬਾਈ ਪਰਾਂ ਬਣਿਆ ਬਾਈ ਬਣ ਕੇ ਬਰਾਬਰ ਕਿਵੇਂ ਬਹਿ ਗਿਆ ਮੇਰੇ? ਕੋਈ ਨਹੀਂ ਕੋਈ ਨਹੀਂ ਗਲਤੀ ਮੈਂ ਨਹੀਂ ਬੈਂਦਾ ਹੁਣ, ਮੈਂ ਤਾਂ ਉਹਦੇ ਪਿੰਡ ਜਾ ਕੇ ਬੈਠੂ। ਹਰ ਦਿਨ ਹੁਣ ਆ ਤੋਤਾ ਲੈਂਦੇ ਜੀ। ਓਹੋ ਆਪਣੇ ਬੂਟੇ ਵਾਸਤੇ ਕੁੜੀ ਦੇਖੀ ਸੀ ਇੱਕ। ਕਿਹੜੀ ਕੁੜੀ? ਓਹੋ ਗੱਲ ਤਾਂ ਸੁਣ ਲਾ ਪਹਿਲਾਂ, ਇਹਦੇ ਵਿਆਹ ਦੀ ਗੱਲ ਚਲਾਈ ਹੋਈ ਆ ਕਿਤੇ। ਕਿਹਦੇ ਵਿਆਹ ਦੀ? ਜਾਂ ਫੋਟੋ ਲਿਆ ਤੂੰ, ਫੋਟੋ ਦਿਖਾ ਕੁੜੀ ਦੀ। ਉਹ ਤੈਨੂੰ ਕੀ ਪਤਾ ਤੇਰੀ ਮਾਂ ਨੂੰ ਕਿਹਾ ਜਾਂ ਤੂੰ ਲੈ ਕੇ ਆ? ਉਹ ਮੈਂ ਨਹੀਂ ਦੇਖਦਾ ਫੋਟੋ ਕੋਈ। ਤੇਤੋਂ ਪੁੱਛੇ ਬਿਨਾਂ ਅੱਗੇ ਕੋਈ ਕੰਮ ਕੀਤਾ ਜਾਂ ਕਰਾਂਗੇ ਅੱਗੇ? ਹੁਣ ਕੀ ਕਰਨੀ ਲਿਆ? ਓਹੋ ਇਹ ਤਾਂ ਪੁੱਠਾ ਇੱਕ ਜਾਣਦੇ ਜਾਣਦੇ ਬਾਈ ਕਾਹਨੂੰ ਚਿੰਤਾ ਕਰੀ ਆ? ਮੇਰੀ ਗੱਲ ਸੁਣ, ਮੇਰੇ ਕੋਲੇ ਇੱਕ ਸਕੀਮ ਆ, ਇਹਨੂੰ ਟਿਕਾਉਣ ਦਾ ਤਾਂ ਮੇਰੇ ਕੋਲੇ ਬਹੁਤ ਵਧੀਆ ਢੰਗ ਹੁੰਦਾ ਗਾ। ਆਪਾਂ ਐਂ ਕਰਦੇ ਹਾਂ, ਇਹਨੂੰ ਦੱਸਦੇ ਹੀ ਨਹੀਂ ਵੀ ਕੁੜੀ ਕੌਣ ਆ, ਨਾ ਇਹ ਕਿਸੇ ਨੂੰ ਜਾਣਦਾ ਨਾ ਪਛਾਣਦਾ ਹੈ। ਬਾਈ ਆਪਾਂ ਇਹਨੂੰ ਐਂ ਕਹਿ ਦਿੰਦੇ ਹਾਂ ਵੀ ਤੂੰ ਬਲਜੀਤੋ ਦੀ ਕੁੜੀ ਦਾ ਰਿਸ਼ਤਾ ਬੂਟੇ ਨੂੰ ਕਰਾ ਦੇ, ਨਾਲੇ ਤਾਂ ਇਹ ਖੁਸ਼ ਹੋ ਜੂਗਾ, ਨਾਲੇ ਕਹੂਗਾ ਵੀ ਮੈਨੂੰ ਪੁੱਛ ਕੇ ਕੰਮ ਕਰ ਲਿਆ। ਆਹੋ ਬੀਬੀ ਦੀ ਗੱਲ ਠੀਕ ਹੈ, ਜਿਵੇਂ ਇਹ ਕਹਿੰਦੀ ਆ ਉਵੇਂ ਆਪਾਂ ਕਰ ਲਾਂਗੇ। ਹੋਰ ਕੇਰਾ ਮੋੜ ਦੇ ਹੁਣ ਇਹਨੂੰ, ਐਂ ਕਰ ਲੈਣੇ ਆ। ਮੋੜਨਾ ਤਾਂ ਪਊਗਾ ਹੀ, ਕੋਈ ਗੱਲ ਨਹੀਂ, ਮੋੜ ਲਿਆ ਕਰ ਬੁੱਟਿਆ। ਪੂਰੇ ਫੱਫੜ ਨੂੰ ਰੋਕ ਓਏ, ਉਹ ਮੁੜਦਾ ਨਹੀਂ ਫੱਫੜ ਦਾ। ਚਲ ਆ ਦੇਖੀ ਮੈਂ ਬੁੱਟਿਆ ਜਾ ਨਾਲ ਜਾਵੜਾ, ਮੈਨੂੰ ਟਿਕਾਉਣਾ ਆਉਂਦਾ ਉਹਨੂੰ, ਜਾ ਕੇਰਾ ਤਾਂ ਲੈ ਕੇ ਆਉ, ਲਿਆਉਣਾ ਤਾਂ ਪਊਗਾ। ਹੋਰ ਭੱਜ ਲਿਆ ਫੱਫੜ ਦਾ, ਭੱਜ ਲਿਆ ਓਏ। ਬੇ ਤੂੰ ਭੱਜ ਲਾ, ਤੇਰੀਆਂ ਕਿਹੜਾ ਲੱਤਾਂ ਦੁਖਦੀਆਂ? ਜਾ ਇੱਥੇ ਰੱਖ ਲੋ ਆਪਣੀ ਨੂੰ, ਸਾਡਾ ਘਰੇ ਛੱਡ ਕੇ ਬੇਇੱਜ਼ਤੀਆਂ ਕਰ ਦੋ ਮੇਰੀਆਂ। ਸਾਡੋ ਆ ਜਾ ਭੱਜ ਕੇ, ਭੱਜੋ ਭੱਜ ਕੇ, ਛੱਡੋ ਮੈਨੂੰ। ਕਾਹਨੂੰ ਚਿੜੀ ਜਾਂਦਾ, ਗੱਲ ਤਾਂ ਪੂਰੀ ਸੁਣ ਲਿਆ ਕਰ ਪਹਿਲਾਂ। ਤਿੜਦਾ ਮੈਂ ਚਾਹੋਂ ਤਿੜਦਾ, ਮੇਰੀ ਕੋਈ ਪੁੱਛ ਕਿੱਥੇ ਨਹੀਂ ਨਾ ਇੱਜ਼ਤਾਂ ਕੋਈ। ਬੇ ਉਹਨਾਂ ਨੇ ਪਹਿਲਾਂ ਕੋਈ ਕਾਰਜ ਕੀਤਾ ਤੇਰੇ ਪੁੱਛੇ ਬਿਨਾ ਜਿਹੜਾ ਹੁਣ ਕਰ ਦਗੇ? ਕਰਤਾ ਦਿੱਤਾ ਆਹ, ਨਾ ਮੈਂ ਕਰਾਉਣ ਨਹੀਂ ਜਾਣਦਾ। ਤੁਸੀਂ ਆਪਾਂ ਜਵਾਬ ਦੇ ਦਿੰਦੇ ਆ ਭਾਈ, ਜਵਾਬ ਦੇ ਦਾਂਗੇ ਆਪਾਂ। ਹੁਣ ਤਾਂ ਦਿਓ ਨਾ ਦਿਓ। ਬੇ ਮੇਰੀ ਗੱਲ ਸੁਣ, ਗੱਲ ਸੁਣ ਮੇਰੀ ਧਿਆਨ ਨਾਲ, ਆਹ ਕੁੜੀ ਬੂਟੇ ਨੂੰ ਪਸੰਦ ਨਹੀਂ ਹੈਗੀ, ਆਪਾਂ ਤਾਂ ਜਵਾਬ ਦੇਣਾਗਾ। ਮੇਰੀ ਗੱਲ ਸੁਣ ਤੂੰ ਨਾ, ਤੇ ਬਾਈ ਗੱਲ ਕਰ ਲੈਣ ਦੋ, ਹੁਣ ਬੇਤੇ ਨੂੰ ਨਾ ਛੱਡੋ, ਮਸਾਂ ਤਾਂ ਬੜਿਆ ਕੇ ਖੜਵਾਇਆ। ਮੇਰੀ ਗੱਲ ਸੁਣ, ਆਹ ਬਲਜੀਤੋ ਦੀ ਕੁੜੀ ਦਾ ਰਿਸ਼ਤਾ ਕਰਾ ਦੇ ਤੂੰ, ਠੀਕ ਆ? ਇਹ ਕਹਿੰਦੇ ਜਿੰਨਾ ਚਿਰ ਸਾਨੂੰ ਪਰਾਉਣਾ ਰਿਸ਼ਤਾ ਨਹੀਂ ਲੈ ਕੇ ਆਉਂਦਾ ਫੁੱਫੜ, ਉਹਨਾਂ ਚਿਰ ਅਸੀਂ ਗੱਲ ਨਹੀਂ ਕਰਦੇ। ਇਹਨਾਂ ਦਾ ਮੂੰਹ ਟੁੱਟੇ ਜੇ ਮੈਨੂੰ ਪਹਿਲਾਂ ਕਹਿੰਦੇ ਮੈਂ ਪਹਿਲਾਂ ਕਰਾਂਦਾ। ਮੈਂ ਤਾਂ ਜਵਾਬ ਦਿੱਤੀ ਵਾਲੀ ਗੱਲ ਤੈਨੂੰ ਸੁਣਾਉਣ ਲੱਗਿਆ, ਤੂੰ ਤਾਂ ਪਹਿਲਾਂ ਹੀ ਭੱਜਿਆ ਆ। ਸੁਣੀ ਨਹੀਂ ਬੰਦ ਤੂੰ, 50 ਸਾਕ ਕਰਾਏ ਨੇ ਮੈਂ, ਦੱਸ ਮੈਂ ਕੀ ਸਾਕ ਨਹੀਂ ਕਰਾਉਣ ਜਾਣਦਾ ਤੀ? ਬੇ ਬਸ ਹੀ ਤਾਂ ਕੋਈ ਵੀ ਨਹੀਂ ਪਹਿਲਾਂ, ਚੱਲ ਹੁਣ ਤੂੰ ਮੇਰੀ ਗੱਲ ਸੁਣ। ਹਟ ਜਾ ਹਟ ਜਾ ਹਟ ਜਾ, ਬੇ ਦੇਖ ਜਵਾਬ ਤੇ ਤਾਂ ਮੈਂ ਤਾਂ ਗੱਡੀ ਜਾਂਦਾਗਾ। ਹੁਣ ਮੈਂ ਕਰਾਦਾ ਸਾਕ ਫਿਰ? ਹਾਂ ਤੈਨੂੰ ਕਰਾ। ਇਹ ਕਹਿੰਦਾ ਮੈਂ ਤਾਂ ਕਹਿੰਦਾ ਫੁੱਫੜ ਦੇ ਹੱਥੋਂ ਰਿਸ਼ਤਾ ਲੈਣਾ ਨਹੀਂ, ਮੈਂ ਵਿਆਹ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਕਹਿੰਦਾ। ਆਪਾਂ ਜ਼ਿੰਮੇਵਾਰੀ ਸਾਰੀ ਮੇਰੀ ਹੂ, ਤੇਰੀ ਸਾਰੀ ਵਿਆਹ ਦੀ ਬਾਂਡੋਰ ਸਾਰੀ ਤੇਰੇ ਹੱਥ। ਚਲੋ ਫਿਰ ਚਲੋ ਆ ਜਾ, ਲਿਆ ਓਏ ਜਾ ਬੋਤਲ ਫੜ ਕੇ ਲਿਆ ਤੂੰ। ਚੱਲ ਬੰਤ ਬੈਠ ਬੈਠ ਬੈਠਾ ਉੱਪਰ ਬੰਤ, ਤੇਰੀ ਜ਼ਿੰਮੇਵਾਰੀ ਹੈ ਸਾਰੀ। ਭਾਬੀ ਦੇਖਿਆ ਤਾਂ ਮਾੜਾ ਜਿਹਾ ਪੰਪ ਜਾ ਦੇ ਕੇ ਆ, ਚੱਕਮੀ ਜੀ ਗੱਲ ਕਰਦੇ ਉਹਦੀ ਮੰਨ ਜਾਂਦਾ। ਮੈਂ ਤਾਂ ਆਪ ਡਰ ਗਈ ਟੀ, ਮੈਂ ਕਹਿ ਲਾ ਰੁੱਸ ਕੇ ਆ ਗਿਆ। ਰਹਾਂਗੇ ਅੱਜ ਬੋਕ ਵੱਡੋ। ਚਲੋ ਓਏ ਜਾ ਓਏ, ਕੀ ਕਿਹਾ ਮੈਂ? ਬੱਕਰਾ ਲਿਆ ਫੜ ਕੇ ਬੋਕ ਵੱਡੀਏ। ਆਹੋ ਨਾਲੇ ਬੋਤਲਾਂ ਤਿੰਨ ਫੜ ਲਈ ਅੱਜ, ਆ ਇੱਕ ਮੇਰੀ। ਬੇ ਆਏ ਨਾ ਕਰਿਆ ਕਰ, ਪਤਾ ਤੈਨੂੰ ਕਿੰਨਾ ਪਿਆਰ ਕਰਦੇ ਨੇ ਜਵਾਕ। ਪਿਆਰ ਕਰਦੇ ਨੇ ਕਹਾਂ,
ਪੁੱਛਿਆ ਨਾ ਹੁੰਦਾ ਜੇ ਪਿਆਰ ਕਰਦੇ ਹੁੰਦੇ। ਓਹੋ ਬੇ ਤੂੰ ਤਾਂ ਪੂਰੀ ਸੁਣੀ ਨਹੀਂ ਇਹਨਾਂ ਦੀ। ਫੱਫੜਾ ਮੀਡਾ ਚੱਲੂ। ਵਗ ਜਾ ਫੈਰ ਆਉ ਇਧਰੋਂ। ਚਲਾਉਣੀ ਆਉਂਦੀ ਉਹੀ ਫੁਕਰੇ ਮਾਰੀ ਜਾਊਗਾ। हाँ भी मित्रों वीडियो किमें लगी कमेंट करके दस्यो भाई बन के लाइक कर दो जल्दी जल्दी वीडियो नू। ते वीडियो ये किमें लगी सुनू कोई डायलॉग वधिया लगता कुछ भी वधिया लगता बस कमेंट करके जरूर दस्या करो ते लाइक कर दिया करो जल्दी जल्दी। जिन्हें सबसक्राइब नहीं करे जिहड़े नवे यार मित्र आए ने भाई बन के सबसक्राइब कर लो इत्थे इहो जिहा कुछ हुंदा रहिंदा। ते बाकी जिहदी जिहदी डिमांड सी हौली हौली करके पूरी करी जाने है ना भी जो भी जिम्मे कहते हैं भाई भी आह टॉपिक से बनाओ आह टॉपिक से भी कमेडी होंगे ने तो घर बार च बह के एल सी डिया चला चला देखा करो तो स्टेट्स पाया करो बार साहब। तो थैंक यू सो मच।